ਬਾਕੀ ਉਦਾਂ ਤਾਂ ਮੈਂ ਇਹ ਵੀ ਸੋਚਦਾ ਸੀ ਵੀ ਗੁਰਲੀਨ ਤਾਂ ਹੈਗਾ ਹੀ ਆ ਪਿਛਲੇ ਸਾਲ ਦੇ ਉਹ ਵਧੀਆ ਉਹ ਕੱਪੜੇ ਇੰਨੇ ਖਰਾਬ ਵਧੀਆ ਆ ਹਾਂ ਵਧੀਆ ਆ ਮੈਂ ਕਿਹੜਾ ਇਦਾਂ ਪਿਆ ਡਰਾਈ ਕਲੀਨ ਇੱਕ ਅੱਧੀ ਵਾਰ ਹੋ ਕੇ ਜਦੋਂ ਕਰਾ ਲੈ ਸੈੱਟ ਹੋ ਜਾਣਾ ਕੰਮ ਹਾਂ ਠੀਕ ਹਾਂ ਠੰਡਾ ਵਾਲੇ ਹਾਂ ਸਹੀ ਗੱਲ ਆ ਉਹ ਵੀ ਲੈ ਆਣੇ ਮੈਂ ਠੀਕ ਆ 1.5-2 lakh ਦਾ ਹੁਣ ਟਿਕਟ ਦਾ ਪ੍ਰਾਈਸ ਚੱਲਦਾ ਪਿਆ ਤਾਂ ਲੋਕੀ ਕਹਿੰਦਾ ਜੜਾ ਖਾਣਾ ਕੈਨੇਡਾ ਤੁਰਿਆ ਆ ਤੇ ਦਿਖਾਓ ਜਾ ਕੇ 2 lakh ਲਾਓ ਪਹਿਲਾਂ 2 lakh ਦੀ ਟਿਕਟ ਲਓ ਉਸ ਦਾ ਉੱਥੇ ਹੋਰ ਪਤਾ ਨਹੀਂ ਕਿੰਨੇ ਕੁ ਲੱਗਦੇ ਆ ਹਾਂ ਜਿਹੜਾ 17-18 lakh ਉਹ ਲੱਗ ਨਹੀਂ ਕੋਈ ਵੀ ਨਹੀਂ ਮਾੜਾ ਉਦਾਂ ਤਾਂ ਇਹ ਤਾਂ ਉਹ ਗੱਲ ਆ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਫਰੇਕ ਹਰ ਕੋਈ ਪਰਫੈਕਟ ਨਹੀਂ ਹੁੰਦਾ ਆਪਾਂ ਵੀ ਪਰਫੈਕਟ ਨਹੀਂ ਆ ਮੈਂ ਤਾਂ ਹੈਗਾ बंदे ने पैसे खर्चे यार कह दो वधिया चीज लियांदी है अपना ना कंपैरिजन करन लग जाणगे वी यार पर साडी थोड़ी जी ज्यादा वधिया है। हाँ जी सत श्री अकाल जी वेलकम बैक टू अवर चैनल मिस्टर एंड मिसेस स्टाइलिश और सुनाओ सारे जने की हाल चाल है। सो ये असी हुण ब्लॉग कैरी ऑन कर रहे हैं अपना फरवरी तो बाद जिखर जनवरी तो बाद सानू आप ही नहीं हुण याद रहेगा दसो तुसी अगे चानना पाओ मेरी अखा बंद हो जांदी आ फिर पहला मैं अपनी गल करूंगी फिर मैं ओवल मुद्दे दी भी कर लूंगी ਮੇਰੀ ਅੱਖਾਂ ਨੇ ਤਾਂ ਬੰਦ ਬੰਦ ਹੋਣ ਦੀਆਂ ਇਹ ਖੁੱਲਦੀਆਂ ਨਹੀਂ ਪਈਆਂ ਕੋਈ ਨਹੀਂ ਤੁਸੀਂ ਅੱਖਾਂ ਬੰਦ ਕਰ ਲਓ ਬੋਲੀ ਜਾਓ ਉਹਨਾਂ ਨੇ ਆਵਾਜ਼ ਹੀ ਸੁਣਨੀ ਹੈ ਤੁਹਾਡੀ ਅਸੀਂ ਵਲੌਗ ਬਣਾ ਰਹੇ ਆ ਤੁਸੀਂ ਦੇਖ ਲਿਆ ਹੋਣਾ ਪਿਛਲਾ ਸਾਡਾ ਵੀਜ਼ੇ ਵਾਲਾ ਵੀ ਸਾਡਾ ਵੀਜ਼ਾ ਆ ਗਿਆ ਅਸੀਂ ਹੋ ਗਏ ਕੈਨੇਡਾ ਵਾਲੇ ਹਾਂ ਉਸ ਤੋਂ ਹੁਣੇ ਅਸੀਂ 3-4 ਮਹੀਨੇ ਬਾਅਦ ਬਣਾ ਰਹੇ ਆ ਹਾਂਜੀ ਹੁਣ ਗੁਰਲੀਨ ਕਰੂਗੀ ਹੂ ਆਰ ਯੂ ਨੋ ਮੈਂ ਨੋ ਦੇਖਿਆ ਇੰਗਲਿਸ਼ ਸ਼ੁਰੂ ਹੋ ਗਈ ਆ ਨਹੀਂ ਨਹੀਂ ਹੁਣ ਅਸੀਂ ਇਹਨੂੰ ਪੂਰੀ ਟ੍ਰੇਨਡ ਕਰ ਦੇਣਾ ਵੀ ਹਾਊ ਟੂ ਡੀਲ ਵਿਦ ਗੋਰਾਸ ਨਹੀਂ ਨਹੀਂ ਉਹ ਮੈਂ ਮੁੱਚੋ ਨਿਕਲ ਗਿਆ ਸੋ ਆਪਾਂ ਕਿਹਾ ਵੀ ਆਪਾਂ ਬਣਾ ਲਈਏ ਅੱਗੇ ਲਈ ਵੀ ਨਾਲੇ ਉਹ ਬਲੌਗ 'ਚ ਚੰਗੀ ਤਰ੍ਹਾਂ ਗੱਲਾਂ ਨਹੀਂ ਹੋਈਆਂ ਸੀ ਮੈਂ ਕਿਹਾ ਨਾਲੇ ਆਪਣੀ ਖੁਸ਼ੀ ਐਕਸਪ੍ਰੈਸ ਕਰ ਦਈਏ ਜਿਹੜੀ ਅੱਜ ਦੀ ਅਨਾਉਂਸਮੈਂਟ ਆ ਉਹ ਦੱਸਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਤੁਹਾਨੂੰ ਸਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਹੋਏ ਉਹਨਾਂ ਦੇ ਨਾਲ ਸ਼ੇਅਰ ਕਰਦੇ ਹੋਏ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਆ ਸ਼ੇਅਰ ਬਸ ਹਾਂ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਉਹਨਾਂ ਦਾ ਸ਼ੇਅਰ ਕਰਦੇ ਹੋਏ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਆ ਇਹ ਗੱਲ ਤਾਂ ਕਰਨੀ ਹੁੰਦੀ ਹਨਾ ਵੀ ਹੁਣ ਅੱਜ ਆਪਾਂ ਜਾ ਰਹੇ ਆ ਆਪਣੀ ਟਿਕਟ ਬੁੱਕ ਕਰਾਉਣ ਕੈਨੇਡਾ ਦੀ ਠੀਕ ਆ ਤੇ ਆਪਾਂ ਉਹ ਬੁੱਕ ਕਰਾਉਣ ਜਾ ਰਹੇ ਆ ਕਈਆਂ ਨੂੰ ਤਾਂ ਛੱਡੋ ਚੁਣਿੰਦੇ ਲੋਕਾਂ ਨੂੰ ਇਹਦੀ ਉਮੀਦ ਨਹੀਂ ਸੀ ਵੀ ਆਪਣਾ ਵੀਜ਼ਾ ਵੀ ਆਊਗਾ ਉਹ ਵੀ ਅਸੀਂ ਲਿਆ ਕੇ ਉਹਨਾਂ ਦੇ ਮੂੰਹ ਤੇ ਮਾਰਿਆ ਤੇ ਹੁਣ ਅਸੀਂ ਦੂਜੀ ਪੌੜੀ ਚੜ੍ਹਨ ਲੱਗੇ ਆ ਟਿਕਟ ਬੁੱਕ ਕਰਾਉਣ ਦੀ ਤਾਂ ਫੇਰ ਜਲਦੀ ਜਲਦੀ ਗੁਰਲੀਨ ਨੂੰ ਵਿਦਾ ਕਰੀਏ ਤੇ ਆਪਾਂ ਹੁਣ ਅੱਜ ਕਰਵਾ ਲੈਣੀ ਆ ਕਿੰਨਾ ਕੁਝ ਸਿੱਖਣਾ ਪੈਂਦਾ ਉਹਦੇ ਹੁਣ ਇੱਕ ਬੈਗ ਦਾ ਚੱਕਰ ਆ ਜ਼ਿਆਦਾਤਰ ਹੁਣ ਇੱਕ ਇੱਕ ਕਰ ਦਿੱਤਾ ਆ 23-23 ਕਿਲੋ ਕਹਿੰਦੇ ਬੈਗ ਚਾਹੀਦਾ ਆ ਤੇ ਕਹਿੰਦੇ ਕਿ ਜ਼ਰੂਰੀ ਹੈਗਾ ਹੀ ਆ ਅਰਜਾਈਆਂ ਅਰਜਾਈਆਂ ਕਹਿੰਦੀ ਮੈਂ ਖਾਣੀਆਂ ਆ ਹੋਰ ਕਹਿ ਲਓ ਆਪਣਾ ਸ਼ੋਪਿੰਗ ਜੀ ਅਸੀਂ ਤਾਂ ਰੁਕੇ ਸੀ ਇਹਨਾਂ ਦਾ ਜਾਲੀਆਂ ਦਾ ਚੱਕਰ ਪੈ ਗਿਆ ਸੀ ਮੈਂ ਕਿਹਾ ਵੀ ਤੁਹਾਨੂੰ ਸਾਡੇ ਖੁਸ਼ੀ ਭਰੇ ਮੁਖੜੇ ਦੇਖਣ ਚ ਕੋਈ ਤਕਲੀਫ ਨਹੀਂ ਆਉਣੀ ਚਾਹੀਦੀ ਤਾਂ ਕਰਕੇ ਮੈਂ ਜਾਲੀਆਂ ਲਾਤੀਆਂ ਆ ਧੁੱਪ ਹੈ ਵੀ ਨਹੀਂ ਤਾਂ ਵੀ ਧੁੱਪ ਪੈਂਦੀ ਆ ਹੁਣ ਲਾਈਟ ਨਹੀਂ ਪਾਉਗੀ ਆਲੇ ਦੁਆਲੇ ਕਿਤੇ ਉਹ ਵੀ ਨਹੀਂ ਪੈਣ ਦਿਆ ਬਾਹਰ ਨਹੀਂ ਪੈਂਦੇ ਮਤਲਬ ਰੁਕਿਆ ਤਾਜ਼ਾ ਵੀਜ਼ਾ ਲਵਾਉਣ ਤੋਂ ਬਾਅਦ ਤੁਸੀਂ ਗੁਰਲੀਨ ਦਾ ਵੀ ਮੂੰਹ ਦੇਖ ਸਕਦੇ ਆ ਹੁਣ ਚੰਗੀ ਤਰ੍ਹਾਂ ਤਾਜ਼ਾ ਨਹੀਂ ਹੁਣ ਤਾਂ ਪੁਰਾਣਾ ਹੋ ਗਿਆ ਉਦਾਂ ਸਾਡੇ ਸੱਚੀ ਚੱਕਰ ਇੰਨੇ ਪਏ ਨਾ ਸਾਡੇ ਕੰਮ ਦੇ ਵਿੱਚ ਤਾਂ ਅਸੀਂ ਤੁਹਾਨੂੰ ਕਹਿੰਦੇ ਨਹੀਂ ਕਿਸੇ ਰੂਮੀ ਨੇ ਪਏ ਹੁਣ ਅਸੀਂ ਤੁਹਾਨੂੰ ਕਹਿੰਦੇ ਹੁਣ ਨਹੀਂ ਜ਼ਰੂਰੀ ਕੰਮ ਉਹ ਆਹੇ ਜ਼ਰੂਰੀ ਕੰਮ ਸੀਗਾ ਦੇ ਲੋ ਕਿੰਨੇ ਅਸੀਂ ਕਿੰਨੇ ਮਹੀਨੇ ਜ਼ਰੂਰੀ ਕੰਮ ਕੀਤੇ ਤੇ ਉਸ ਤੋਂ ਵੀ ਵੱਡੀ ਇਹ ਗੱਲ ਅਸੀਂ ਆਪਣੇ ਅੰਦਰ ਰੱਖਿਆ ਰੋਜ਼ ਦੱਸਣ ਨੂੰ ਜੀ ਕਰਦਾ ਸੀਗਾ ਪਰ ਦੱਸ ਨਹੀਂ ਹੁੰਦਾ ਸੀ ਵੀ ਚਲੋ ਛੱਡੋ ਹਨਾ ਕਾਹਦਾ ਰੋਲਾ ਪਾਉਣਾ ਹਜੇ ਕਈ ਵਾਰੀ ਤਾਂ ਅਸੀਂ ਬੜਾ ਮਤਲਬ ਕਿ ਵੀ ਦੌੜਿਆ ਨੇ ਜਾਣਾ ਫੇਰ ਹੋਣਾ ਕੁਛ ਕਦੀ ਕੁਛ ਕਦੀ ਕੁਛ ਜ਼ਿਆਦਾਤਰ ਸਾਨੂੰ ਸਾਰਾ ਕੰਮ 2 ਰੁਪਏ ਹੀ ਆ ਹਾਂਜੀ 2 ਰੁਪਏ ਆ ਬਿੱਲੀਆਂ ਨੇ ਰਾਹ ਕੱਟੇ ਆ ਕਈ ਕੁਛ ਹੀ ਹੋਇਆ ਸਾਰੇ ਕੰਮ ਚ ਕੋਈ ਹੋਗਾ ਸਾਡੇ ਸਿੱਧਾ ਹੋਇਆ ਨਹੀਂ ਤਾਂ ਸਾਨੂੰ ਸਾਰੇ ਕੰਮਾਂ ਚ 2 ਰੁਪਏ ਹੀ ਕਿਉਂ ਚ 13 ਵੀ 3 ਵਾਰੀ ਵੀ ਕੀਤੇ ਆ ਅਸੀਂ ਪਰ ਲਾਸਟ ਤੇ ਬਾਬਾ ਜੀ ਦੀ ਮਿਹਰ ਹੋਈ ਹਾਂ ਉਦੋਂ ਫਿਰ ਸਾਨੂੰ ਸਾਰਾ ਕੁਝ ਭੁੱਲ ਗਿਆ ਜਿੰਨੇ ਖੱਜਲ ਖਵਾਰ ਹੋਏ ਨਾ ਗਰਮੀਆਂ ਦੇ ਦਿਨ ਇੱਕ ਉੱਪਰੋਂ ਹਾਂਜੀ ਤੇ ਹੁਣ ਦੇਖ ਲਓ ਦੁਬਾਰਾ ਗਰਮੀ ਆ ਗਈ ਹੈ ਤੇ ਅਗਸਤ ਹਾਂ ਅਗਸਤ ਆ ਗਿਆ ਦੇਖ ਲਓ ਹੁਣ ਨਹੀਂ ਹਜੇ ਖੜੋ ਨਾ ਅਗਸਤ ਹੈ ਅਗਸਤ ਤੱਕ ਆਪਣਾ ਬਣ ਜਾਣਾ ਹਾਂ ਵਲੌਗ ਅਸੀਂ ਅਗਸਤ ਚ ਪਾ ਰਹੇ ਸਾਨੂੰ ਵੀ ਨਹੀਂ ਪਤਾ ਵਲੌਗ ਪੈਣਾ ਕਦੋਂ ਬਸ ਮੇਨ ਮੁੱਦਾ ਇਹੀ ਆ ਵੀ ਵਧੀਆ ਹੈ ਜੋ ਹੈਗਾ ਆ ਤੇ ਬਹੁਤ ਸਟਰਗਲਿੰਗ ਡੇਸ ਦੇਖਣ ਤੋਂ ਬਾਅਦ ਆ ਦਿਨ ਦੇਖਣ ਨੂੰ ਮਿਲਿਆ ਗਰਮੀਆਂ ਦੇ ਵਿੱਚ ਜਾਣਾ ਜਲੰਧਰ ਨੂੰ ਇੱਕ ਹਾਂ ਹੋ ਪਰ ਜਿੱਦਾਂ ਫਿਰ ਸਾਨੂੰ ਸਵੇਰੇ ਸਵੇਰੇ ਫੋਨ ਆਇਆ ਨਾ ਫਿਰ ਸਾਨੂੰ ਭੁੱਲ ਗਿਆ ਸਾਰਾ ਕੁਝ ਉਹ ਚਲੋ ਠੀਕ ਆ ਹਾਂਜੀ
ਤੇ ਹੁਣ ਮੈਂ ਗੁਰਲੀਨ ਨੂੰ ਸਮਝਾਉਣਾ ਰਹਿਣਾ ਵੀ ਤੂੰ ਆਪਣੀਆਂ ਬੈਡ ਹੈਬਿਟ ਛੱਡਦੇ ਆ ਨਾ, ਥਾਂ ਥਾਂ ਤੇ ਕੋਈ ਕੁਲਚਾ ਵਾਲਾ ਦੇਖ ਲਿਆ ਮੈਂ ਕੁਲਚਾ ਖਾਣਾ ਆ, ਮੋਮੋਸ ਵਾਲਾ ਦੇਖ ਲਿਆ ਮੋਮੋਸ ਖਾਣਾ, ਕੈਨੇਡਾ ਜਾ ਕੇ ਇਹ ਕੁਛ ਨੀ ਹੋਣਾ ਹੈਗਾ। ਕੋਈ ਨਹੀਂ, ਆਹੋ ਪੈਕ ਕਰਾ ਲਈ ਇੱਥੋਂ, ਇੱਕ ਤਾਂ ਮੈਂ ਹੁਣ ਖਾ ਖਾ ਢਿੱਡ ਭਰਦੀ ਆ, ਇੱਕ ਦੋ ਦਿਨ ਦਾ ਸਟਾਕ ਇੱਥੋਂ ਪੈਕ ਕਰਾ ਲਈ ਸਾਰਿਆਂ ਤੋਂ, ਤੇ ਉੱਥੇ ਤੇਰੇ ਇੱਕ ਦੋ ਦਿਨ ਨਿਕਲ ਜਾਣਗੇ ਵਧੀਆ। ਕੈਨੇਡਾ ਪਿੱਛੇ ਭੱਜਣ ਦੇ ਸੀਗੇ, ਹੁਣ ਕੈਨੇਡਾ ਸਾਡੇ ਹੱਥ ਆ ਗਿਆ ਆ। ਕਈ ਵਾਰੀ ਜਦੋਂ ਜਦੋਂ ਕੰਮ ਸਾਰਾ ਕੀਤਾ ਹੁਣ ਕੈਂਸਲ ਹੋ ਜਾਣਾ, ਫੇਰ ਦੁਬਾਰਾ ਕਰਨਾ ਪੈਣਾ, ਫੇਰ ਕਹਿਣਾ ਕੀ ਵਲੌਗ ਬਣਾਈਏ, ਛੱਡ ਪਰਾ ਵੀ ਪਹਿਲਾਂ ਕਰ ਲਈਏ ਆਪਣਾ। ਕਈ ਵਾਰ ਉਦਾਂ ਵੀ ਮੂਡ ਖਰਾਬ ਹੁੰਦਾ ਸੀਗਾ ਹਨਾ, ਕੋਈ ਕੰਮ ਪੁੱਠਾ ਪੈ ਗਿਆ ਜਾਂ ਬੰਦੇ ਤੁਹਾਨੂੰ ਪਤਾ ਖਰਾਬ ਕਰਨ ਵਾਲੇ, ਨਹੀਂ ਜੀ ਅੱਜ ਨਹੀਂ ਸਹਿਣ ਹੋਣੇ, ਕੱਲ ਨੂੰ ਲੈ ਆਇਓ, ਕੱਲ ਨੂੰ ਨਹੀਂ ਆ ਪਰਸੋਂ ਨੂੰ ਲੈ ਆਇਓ। ਇੱਕ ਬੈਂਕਾਂ ਵਾਲਿਆਂ ਦਾ ਸਾਰਾ ਕੁਝ, ਕਦੀ ਉਹਨਾਂ ਦਾ ਕੁਝ ਹੋ ਗਿਆ, ਕੁਝ ਬਹੁਤ ਸਾਰਾ। ਆਪਣੇ ਸਟੂਡੈਂਟਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੋਣਾ GIC ਵਗੈਰਾ, ਇਹ ਸਾਰਿਆਂ ਦੇ ਬਹੁਤ ਪੰਗੇ ਪਏ, ਤੇ ਹੁਣ ਚਲੋ ਫਾਈਨਲੀ ਉਹ ਤਾਂ ਤੁਸੀਂ ਸੱਚ ਦੇਖ ਹੀ ਲਿਆ ਹੋਣਾ ਵੀਜ਼ੇ ਵਾਲਾ। ਮੈਨੂੰ ਵੀ ਫਰਕ ਪਿਆ, ਮੈਂ ਥੋੜਾ ਪਤਲਾ ਹੋ ਗਿਆ ਉਦੋਂ ਨਾਲ। ਚੁੱਪ ਕਰ ਦਿਓ, ਆਪਣੀ ਮਾਰਦੇ ਰਹਿੰਦੇ ਆ ਬਸ, ਮੈਨੂੰ ਨੀਚਾ ਦਿਖਾਉਣਾ ਹੁੰਦਾ। ਨੀਚਾ ਤੁਹਾਨੂੰ ਮੈਂ ਕੀ ਦਿਖਾਉਣਾ, ਹੁਣ ਤਾਂ ਅਸੀਂ ਉੱਚੇ ਹੋ ਗਏ ਆ। ਨਹੀਂ ਦੇਖ ਲੋ, ਉਦਾਂ ਮੈਂ ਲੋਕਾਂ ਦੇ ਉਹ ਦੇਖੇ, ਸੁਭਾਅ ਦੇਖੇ ਜਾਂ ਜੋ ਮਰਜ਼ੀ ਕਹਿ ਲਓ, ਜਦੋਂ ਦਾ ਸਾਡਾ ਨਹੀਂ ਬਣਿਆ ਸੀਗਾ ਉਦੋਂ ਦਾ ਕੈਨੇਡਾ ਹੀ ਬਹੁਤ ਖਾਸ ਬਣਾਇਆ ਸੀ ਹਨਾ, ਜਿੱਦਾਂ ਵੀ ਕੈਨੇਡਾ ਹੀ ਆ ਸਾਰਾ ਕੁਛ। ਹੁਣ ਜੇ ਸਾਡਾ ਬਣ ਗਿਆ, ਲੋਕੀ ਦੂਏ ਪਾਸੇ ਨੂੰ ਘੁੰਮ ਗਏ, ਯਾਰ ਕੈਨੇਡਾ ਤਾਂ ਹਰ ਕੋਈ ਜਾਂਦਾ, ਯਾਰ ਕੈਨੇਡਾ ਜਾ ਕੇ ਕੀ ਕਰਨਾ, ਕੈਨੇਡਾ ਸਾਡਾ ਗੁਆਂਢੀ ਆ, ਕੈਨੇਡਾ ਸਾਡਾ ਆ, ਦੱਸ ਅਸੀਂ ਵੀ ਚੱਲੇ ਆ, ਸਾਨੂੰ ਸਾਡੀ ਖੁਸ਼ੀ ਅਸੀਂ ਲੋਕਾਂ ਤੋਂ ਕੀ ਲੈਣਾ। ਆਹੋ ਨਹੀਂ ਮੈਂ ਉਹ ਗੱਲ ਕਰਦਾ ਜਦੋਂ ਤਾਂ ਨਹੀਂ ਬਣਿਆ ਸੀਗਾ ਉਦੋਂ ਤਾਂ ਜੀ ਆਪਣਾ ਹਨਾ ਕੰਮ, ਜਿਹੜੇ ਇਦਾਂ ਕਹਿੰਦੇ ਆ ਨਾ ਉਹ ਫੇਰ ਇੱਧਰ ਆ ਜਾਣ ਬਸ, ਇੰਨੀ ਗੱਲ ਆ। ਉਹ ਇੱਧਰਲੇ ਵੀ ਤਾਂ ਕਹਿੰਦੇ ਹੀ ਆ, ਇੱਧਰਲੇ ਦੀ ਤਾਂ ਮੈਂ ਗੱਲ ਸੁਣਾਉਣ ਦਿਆਂ ਆ। ਨਹੀਂ ਜਿਹੜੇ ਕਹਿੰਦੇ ਨਾ ਸਾਡੇ ਉੱਥੇ ਆ ਇੱਦਾਂ ਇੱਦਾਂ, ਫੇਰ ਉਹ ਕਿਉਂ ਉੱਥੇ ਉਹ ਆ ਜਾਣ ਜੇ ਉੱਥੇ ਕੁਝ ਹੈ ਨਹੀਂ ਤਾਂ। ਹਾਂਜੀ ਤੁਸੀਂ ਆਓ ਇੱਥੇ ਰੋਟੀ ਪਾਣੀ ਖਾਓ ਆਰਾਮ ਨਾਲ। ਜੇ ਇੱਧਰ ਵਧੀਆ ਫੇਰ ਤੁਸੀਂ ਕੀ ਕਰਨਗੇ ਆ? ਆਹੋ ਦੂਜੇ ਨੂੰ ਰੋਕਣਗੇ, ਉਹ ਹੁਣ ਤਾਂ ਕਰਕੇ ਰੋਕਦੇ ਆ ਨਾ ਲੋਕੀ, ਵੀ ਹੁਣ ਉੱਥੇ ਖਬਰਾਂ ਨੀ ਫੈਲ ਗਈਆਂ, ਪੋਪੂਲੇਸ਼ਨ ਵੱਧ ਗਈ ਆ, ਤਾਂ ਕਰਕੇ ਕਹਿੰਦੇ ਜਿੰਨੇ ਕੁ ਉੱਥੇ ਰਹਿਣ ਵਧੀਆ ਹੀ ਆ। ਨਹੀਂ ਜ਼ਿਆਦਾਤਰ ਇੱਦਾਂ ਹੀ ਆ, ਮੈਂ ਵੀ ਬਹੁਤ ਦੇਖੇ ਆ, ਉੱਧਰ ਵਾਲੇ ਫੋਨ ਕਰੂਗੇ ਨਾ, ਇੱਧਰ ਤਾਂ ਕੁਛ ਵੀ ਨੀ ਹੈਗਾ, ਇੱਧਰ ਤਾਂ ਧੱਕੇ ਆ, ਸ਼ਿਫਟਾਂ ਆ, ਸਵੇਰ ਨੂੰ ਚੱਲ ਜਾਓ ਕੰਮ ਤੇ, ਚੱਲੇ ਆ ਕੰਮ ਤੋਂ ਆਏ ਆ ਕੰਮ ਲਈ ਜਾਣਾ, ਇੱਦਾਂ ਆ ਇੱਦਾਂ ਆ, ਫਿਰ ਤੁਸੀਂ ਇੱਧਰ ਆਓ ਨਾ, ਫਿਰ ਤੁਸੀਂ ਸਾਨੂੰ ਕਿਉਂ ਕਹਿੰਦੇ ਇੱਧਰ ਵਧੀਆ, ਆਪ ਤੁਸੀਂ ਉੱਧਰ ਬੈਠੇ ਆ। ਨਾਲੀ ਜਜਵਾਦਾਂ ਤੇ ਕਾਬੂ ਰੱਖ ਤਾਲੀ ਆ ਕਿਤੇ ਰਹਿੰਦੇ, ਨਾਲੀ ਜਜਵਾਦਾਂ ਤੇ ਕਾਬੂ ਰੱਖ। ਇਹ ਥੋੜਾ ਗੁਰਲੀਨ ਸੀਰੀਅਸ ਹੋ ਗਈ ਸੀ, ਬਟ ਚਲੋ ਕੋਈ ਨੀ, ਹੈਗਾ ਇਦਾਂ ਹੀ ਆ। ਹੁਣ ਸਾਨੂੰ ਪਤਾ ਨੀ ਸਾਡੀਆਂ ਗੱਲਾਂ ਕਿੱਥੇ ਜੁੜਦੀਆਂ ਪਈਆਂ, ਕਿੱਥੇ ਮੁੱਕਦੀਆਂ ਪਈਆਂ, ਅਸੀਂ ਕਰੀ ਜਾਂਦੇ ਜਿਹੜੀ ਸਾਨੂੰ ਯਾਦ ਆਉਂਦੀ ਆ। ਤੇ ਹੁਣ ਜਦੋਂ ਤੁਸੀਂ ਆਹ ਬਲੌਗ ਦੇਖਦੇ ਹੋਵੋਗੇ, ਹੁਣ ਗੁਰਲੀਨ ਕੈਨੇਡਾ 'ਚ ਬੈਠੀ ਹੋਣੀ ਆ, ਉਦੋਂ ਜਦੋਂ ਤੁਸੀਂ ਆਹ ਬਲੌਗ ਦੇਖਦੇ ਪਏ ਆ ਗੁਰਲੀਨ ਕੈਨੇਡਾ 'ਚ ਆ। ਹਾਂ ਹੈ ਨਾ, ਤੁਸੀਂ ਆਪ ਦੱਸ ਦੋ ਨਾ, ਪਤਾ ਤਾਂ ਲੱਗੇ ਨਾ ਤੁਹਾਡਾ ਬੇਸਿਕ ਤੁਹਾਡਾ ਕੰਪਲੀਟ ਹੋ ਗਿਆ ਕਿ ਨਹੀਂ, ਆ ਗਿਆ ਮੈਂ ਯਾਦ, ਬੇਸਿਕ ਲਿਆ ਸੀਗਾ ਇਹਨੇ, ਬੇਸਿਕ ਐਡਵਾਂਸ ਲਿਆ ਮੈਂ, ਬੇਸਿਕ ਪੂਰਾ ਹੋ ਗਿਆ, ਐਡਵਾਂਸ ਰਹਿੰਦਾ ਆ। ਅੱਛਾ ਚਲੋ ਠੀਕ ਆ, ਐਡਵਾਂਸ ਰਹਿੰਦਾ ਆ ਤੇ ਉਹ ਵੀ ਹੋ ਜਾਣਾ ਆ। ਤੇ ਹੋਰ ਆਪਾਂ ਕਿਹੜੀ ਗੱਲ ਕਰਨੀ ਸੀਗੀ, ਹੋਰ ਆਪਣੀ ਬਸ ਇਹੀ ਆ ਵੀ ਹੁਣ ਸਾਡਾ ਕੰਮ ਸੈੱਟ ਆਉਣ ਵਾਲਾ ਆ, ਇਹੀ ਆ ਗੱਲ ਮਲਾ ਮਲੋ ਕੇ ਮੁੱਕਦੀ ਗੱਲ। ਤੁਹਾਡੇ ਤੁਹਾਡੇ ਤੁਹਾਨੂੰ ਕਹਿੰਦਾ ਮੈਂ, ਇੰਨੀਆਂ ਕੁ ਮਿਰਚਾਂ ਲੜਾਊ ਨਾ ਮੈਂ ਹੁਣ, ਆਪਣਾ ਤਾਂ ਇਹ ਚੱਕਰ ਆ ਨਾ, ਆਪਾਂ ਰਿਸ਼ਤੇਦਾਰ ਕਿਹੜਾ, ਸਾਡੇ ਸਾਰੇ ਰਿਸ਼ਤੇਦਾਰ ਨੀ ਮਾੜੇ ਹੈਗੇ, ਨਹੀਂ ਕੋਈ ਵੀ ਨੀ ਮਾੜਾ ਹੁੰਦਾ ਤਾਂ, ਇਹ ਤਾਂ ਉਹ ਗੱਲ ਆ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਰ ਜਿਹਨਾਂ ਨੇ ਗੱਲਾਂ ਕੁਛ ਕੀਤੀਆਂ ਉਹਨਾਂ ਦੀ ਮੈਂ ਗੱਲ ਕਰ ਰਿਹਾ। ਹਰ ਕੋਈ ਪਰਫੈਕਟ ਨਹੀਂ ਹੁੰਦਾ,
ਆਪਾਂ ਵੀ ਪਰਫੈਕਟ ਨਹੀਂ ਆ। ਮੈਂ ਤਾਂ ਹੈਗਾ ਇਹ ਤਾਂ ਹੈ ਪਰਫੈਕਟ ਨੂੰ ਕੀ ਚੰਗੇ ਇਨਸਾਨ ਬਣੋ ਬੰਦਾ ਪਰਫੈਕਟ ਹੀ ਆ ਆਪਣੀਆਂ ਨਜ਼ਰਾਂ 'ਚ ਹਰ ਕੋਈ ਪਰਫੈਕਟ ਆ। ਜਿਹੜਾ ਬੰਦਾ ਕਿਸੇ ਦੀ ਗੱਲ ਦੇ ਵਿੱਚ ਨਹੀਂ ਬੋਲਦਾ ਨਾ ਜਾਂ ਕਿਸੇ ਦੇ ਕੰਮ ਦੇ ਵਿੱਚ ਇਹ ਨਹੀਂ ਕਰਦਾ ਯਾਰ ਆ ਕੀ ਕੋਈ ਕਿਸੇ ਨੂੰ ਖੁਸ਼ੀ ਨਾ ਉਹਦਾ ਆਪਾਂ ਇਹਦਾ ਕਮੈਂਟ ਤਾਂ ਨਹੀਂ ਕਰੀਦਾ ਕੋਈ ਕਿਸੇ ਨੂੰ ਖੁਸ਼ੀ ਨਾ ਕੋਈ ਚੀਜ਼ ਦਿਖਾਊਗਾ। ਮੰਨ ਲਓ ਮੈਂ ਐਗਜ਼ਾਮਪਲ ਹੀ ਕੁਛ ਮੈਨੂੰ ਯਾਦ ਆ ਗਿਆ ਬੰਦਾ ਕੋਈ LED ਘਰ ਲਵਾਈ ਹੋਵੇ ਹਨਾ ਕੋਈ ਉਧਰੋਂ ਆਇਆ ਯਾਰ ਵਧੀਆ ਪਰ ਸਾਡੇ ਵਾਲੀ ਥੋੜੀ ਜ਼ਿਆਦਾ ਵਧੀਆ ਹੈ ਦੱਸ ਵੀ ਬੰਦੇ ਨੇ ਪੈਸੇ ਖਰਚੇ ਆ ਯਾਰ ਤੁਸੀਂ ਇਹਦਾ ਕਹਿ ਦੋ ਵਧੀਆ ਚੀਜ਼ ਲਿਆਂਦੀ ਹੈ ਯਾਰ ਹਨਾ ਆਪਣਾ ਨਾ ਕੰਪੈਰੀਜ਼ਨ ਕਰਨ ਲੱਗ ਜਾਣਗੇ ਵੀ ਯਾਰ ਪਰ ਸਾਡੀ ਥੋੜੀ ਜ਼ਿਆਦਾ ਵਧੀਆ ਹੈ ਉਦਾਂ ਆਪਾਂ ਨਹੀਂ ਤਾਂ ਕਰੀ ਤਾਂ ਕੋਈ ਕੁਛ ਵੀ ਕਰਦਾ ਓਕੇ ਠੀਕ ਹੈ ਵਧੀਆ ਕਰਦਾ ਅਗਲੇ ਦੇ ਮੂੰਹ ਤੇ ਵਧੀਆ ਕਹਿ ਦੋ ਵੀ ਅਗਲੇ ਨੂੰ ਵੀ ਖੁਸ਼ੀ ਹੋ ਜਾਵੇ ਉਹਨਾਂ ਪੈਸੇ ਖਰਚੇ ਆ ਹਨਾ ਨਹੀਂ ਉਦਾਂ ਆਪਾਂ ਕਿਸੇ ਤੇ ਵੀ ਕਮੈਂਟ ਕਰੀਦੇ ਤੂੰ ਇਦਾਂ ਕਿਉਂ ਕਰਦਾ ਤੂੰ ਇਦਾਂ ਕਿਉਂ ਇਦਾਂ ਕਰ ਉਦਾਂ ਕਰ ਆਪਾਂ ਨਹੀਂ ਕਰੀਦਾ ਕੋਈ ਆਪ ਆ ਕੇ ਸਾਥ ਤੋਂ ਪੁੱਛੇ ਜਾਂ ਕੁਝ ਉਹ ਗੱਲ ਵੱਖਰੀ ਹੈ ਹਨਾ ਪਰ ਆਪ ਕਿਉਂ ਐਵੇਂ ਦੂਜੇ ਦਾ ਵੀ ਕਰਨਾ ਸਾਨੂੰ ਬਾਹਰੋਂ ਵੀ ਪਤਾ ਲੱਗੇ ਇਦਾਂ ਕਰਦਾ ਆਪਾਂ ਕਦੀ ਇਦਾਂ ਨਹੀਂ ਵੀ ਤੂੰ ਇਦਾਂ ਕਿਉਂ ਇਦਾਂ ਕਿਉਂ ਠੀਕ ਹੈ ਓਕੇ ਆ ਜਦੋਂ ਸਾਡੇ ਨਾਲ ਗੱਲ ਕਰੂਗਾ ਆਪਾਂ ਨੂੰ ਜਾਂ ਸਾਨੂੰ ਕੁਝ ਪੁੱਛੂਗਾ ਇਦਾਂ ਆ ਕਰਨਾ ਚਾਹੀਦਾ ਤਾਂ ਫਿਰ ਆਪਾਂ ਉਹਨੂੰ ਦੱਸ ਦਾਂਗੇ ਬਿਲਕੁਲ ਬਿਲਕੁਲ ਬੇਵਜ੍ਹਾ ਕਿਉਂ ਤੂੰ ਇਦਾਂ ਆ ਇਦਾਂ ਆ ਇਹ ਇਦਾਂ ਸੀ ਉਦਾਂ ਸੀ ਆ ਯਾਰ ਇਦਾਂ ਵੀ ਐ ਜੋ ਵੀ ਹੁੰਦਾ ਆ ਆਪਾਂ ਨਹੀਂ ਕਰੀਦਾ ਇਹ ਬਾਕੀ ਹੁਣ ਕੀ ਕਹਿੰਦੇ ਹੁੰਦੇ ਉਹਨੂੰ ਕੈਲਗਰੀ ਵਾਲਿਓ ਗੁਰਲੀਨ ਆ ਰਹੀ ਆ ਤੇ ਬਲੌਗ ਤੇ ਬਲੌਗ ਫਿਰ ਕਿਉਂ ਇੱਕ ਹੁਣ ਗਰਮੀਆਂ ਆ ਗਈ ਹੈ ਤੇ ਕੱਪੜੇ ਲੈਣੇ ਸੀ ਸਿਆਲਾਂ ਵਾਲੇ ਹੁਣ ਮੈਨੂੰ ਸਾਰਾ ਘਟਿਆ ਜਿਹਾ ਮਾਲ ਹੀ ਮਿਲਦਾ ਉਹਨਾਂ ਨੇ ਕਿਹਾ ਆਊਟ ਆਫ ਸਟਾਕ ਆ ਆਹੋ ਇਹ ਤਾਂ ਹੈ ਪਰ ਫੇਰ ਵੀ ਅਸੀਂ ਟਰਾਈ ਕਰਾਂਗੇ ਕੋਈ ਨਹੀਂ ਪਰ ਫਿਰ ਅੱਗੇ ਸਿਆਲਾਂ ਆਏ ਨੇ ਫਿਰ ਮੈਨੂੰ ਪਾਰਸਲ ਕਰੂਗਾ ਸਾਡੀ ਗੱਲ ਹੋਈ ਆ ਹੋਈ ਆ ਉਧਰੋਂ ਮੈਨੂੰ ਪਾਰਸਲ ਕਰੀ ਦੱਸ ਹੁਣ ਮੁੜ ਕੇ ਜਦੋਂ ਉਧਰ ਚੱਲ ਜੂਗੀ ਉਦੋਂ ਵੀ ਮੈਂ ਇਧਰੋਂ ਪਾਰਸਲ ਕਰਾਂ ਇੱਕ ਆਈਫੋਨ ਮੇਰਾ ਪੱਕਾ ਹੋ ਗਿਆ ਬਹੁਤ ਕੁਛ ਗਿਣਾਇਆ ਇੱਕ ਸ਼ੂਜ਼ ਮੇਰੇ ਜੋਰਡਨ ਦੇ ਪੱਕੇ ਹੋ ਗਏ ਜਾਂ ਨਾਈਕੀ ਦਾ ਜਿਹੜਾ ਤੇਰਾ ਮਨ ਕਰ ਗਿਆ ਬਸ ਬਸ ਠੀਕ ਹੈ ਓਕੇ ਪਹਿਲਾਂ ਪਤ ਨਹੀਂ ਆਈਫੋਨ ਜਦੋਂ ਇਹ ਦੋਨੇ ਸਮਾਨ ਮੇਰੇ ਮੋਰੇ ਹੋਣਗੇ ਉਦੋਂ ਮੈਂ ਤੈਨੂੰ ਇਧਰੋਂ ਕੁਝ ਭੇਜ ਦਊਗਾ ਠੀਕ ਆ ਬਾਕੀ ਉਦਾਂ ਤਾਂ ਮੈਂ ਇਹ ਵੀ ਸੋਚਦਾ ਸੀ ਵੀ ਗੁਰਲੀਨ ਤਾਂ ਹੈਗਾ ਹੀ ਆ ਪਿਛਲੇ ਸਾਲ ਦੇ ਉਹ ਹਾਂ ਮੈਂ ਉਹ ਲੈ ਆਇਆ ਸੀ ਸਹੀ ਗੱਲ ਆ ਉਹ ਵੀ ਲੈ ਆਣੇ ਮੈਂ ਠੀਕ ਆ ਤੇ ਵਧੀਆ ਉਹ ਕੱਪੜੇ ਇੰਨੇ ਖਰਾਬ ਨਹੀਂ ਹੋਏ ਵਧੀਆ ਆ ਹਾਂ ਵਧੀਆ ਆ ਮੈਂ ਕਿਹੜਾ ਇਦਾਂ ਪਿਆ ਡਰਾਈ ਕਲੀਨ ਇੱਕ ਅੱਧੀ ਵਾਰ ਹੋ ਗਿਆ ਜਦੋਂ ਕਰਾ ਲੈ ਸੈੱਟ ਹੋ ਜਾਣਾ ਕੰਮ ਹਾਂ ਐਵੇਂ ਕੀ ਖਰਚਾ ਕਰੀ ਜਾਣਾ ਹਾਂਜੀ ਹਾਂਜੀ 1.5-2 lakh ਦਾ ਹੁਣ ਟਿਕਟ ਦਾ ਪ੍ਰਾਈਸ ਚੱਲਦਾ ਪਿਆ ਆ ਸਹੀ ਗੱਲ ਟਿਕਟਾਂ ਬਹੁਤ ਮਹਿੰਗੀਆਂ ਤਾਂ ਲੋਕੀ ਕਹਿੰਦਾ ਜੜਾ ਖਾਣਾ ਕੈਨੇਡਾ ਤੁਰਿਆ ਆ ਤੇ ਦਿਖਾਓ ਜਾ ਕੇ 2 lakh ਲਾਓ 2 ਲੱਖ ਦਾ ਇੱਧਰ ਹਾਏ ਮੈਂ ਤਾਂ ਪਹਿਲਾਂ 2 lakh ਦੀ ਟਿਕਟ ਲਓ ਉਸ ਤੋਂ ਬਾਅਦ ਬਾਕੀ ਆ ਆਪਣਾ ਜਿਹੜਾ ਲੱਗਦਾ ਉੱਥੇ ਹੋਰ ਪਤਾ ਨਹੀਂ ਕਿੰਨੇ ਕੁ ਲੱਗਦੇ ਆ ਹਾਂ ਜਿਹੜਾ 17-18 lakh ਉਹ ਲੱਗ 17-18 ਹੀ ਛੱਡ ਜਾਂਦੇ ਆਹੋ ਇਹ ਮੂੰਹ ਨਾ ਕਹਿਣਾ ਸੌਖਾ ਵੀ ਜਣਾ ਖਾਣਾ ਕੈਨੇਡਾ ਤੁਰਿਆ ਅੱਜ ਕੱਲ ਅਗਲੇ ਪੂਰੀ ਆਪਣਾ ਸਾਰਾ ਕੁਝ ਦਾਦ ਦੇ ਲਾ ਕੇ ਜਾਂਦੇ ਆ ਉਹੀ ਗੱਲ ਹੋ ਗਈ ਨਾ ਸਿੱਧੂ ਵਾਲੀ ਮਾਰਦੀ ਆ ਗੱਲਾਂ ਸਾਲੀ ਦੁਨੀਆ ਤਾਂ ਵੇਲੀ ਆ ਫਿਰ ਕੀ ਖਾਣਾ ਖਾਣਾ ਕੁਝ ਵੀ ਨਹੀਂ ਹੈਗਾ ਕੀ ਆਪਾਂ ਮੋਮਸ ਖਾ ਲਏ ਆ ਮੋਮਸ ਖਾ ਕੇ ਫ੍ਰੀ ਹੋ ਗਏ ਆ ਤੇ ਉਸ ਤੋਂ ਬਾਅਦ ਲੈਮਨ ਜੂਸ ਪੀ ਕੇ ਫ੍ਰੀ ਹੋ ਗਏ ਆ ਮੈਂ ਨਹੀਂ ਪੀਤਾ ਅੱਧਾ ਪੀਤਾ ਤੁਸੀਂ ਵੀ ਉਹ ਮੈਨੂੰ ਪਲਾ ਦਿੱਤਾ ਗਿਆ ਕਿਉਂ ਬਰਗਰ ਵੀ ਹੱਥੋਂ ਖਾਣ ਨੂੰ ਕਰਦੇ ਹੁੰਦੇ ਆ ਆਪਣਾ ਖਾ ਕੇ ਵੀ ਨਹੀਂ ਮੈਂ ਖਾਂ ਮਤਲਬ ਮੈਨੂੰ ਹੁੰਦਾ ਮੈਂ ਖਾਵਾਂ ਪਰ ਮੈਨੂੰ ਖਾ ਨਹੀਂ ਹੁੰਦਾ ਸਾਰਾ ਮੇਰਾ ਮਨ ਜਿਹਾ ਭਰ ਜਾਂਦਾ ਫਿਰ ਮੈਂ ਤਾਂ ਨਹੀਂ ਸਾਰਾ ਇਹ ਕਦੀ ਕਦੀ ਖਾਂਦੀ ਆ ਤਾਂ ਉਹ ਮੈਂ ਦੇਖਿਆ ਰੂਪ ਲੈ ਤਾਂ ਖਾਂ ਕਿਤੇ ਕਿਤੇ ਖਾ ਵੀ ਲੈਂਦੀ ਪਰ ਜ਼ਿਆਦਾਤਰ ਨਹੀਂ ਜ਼ਿਆਦਾਤਰ ਅੱਧਾ ਅੱਧਾ ਹੀ ਜਿੱਦਣ ਆਪਾਂ ਘਰੇ ਕੁਛ ਡਿਲੀਵਰੀ ਕਰਾ ਲਈਏ ਨਾ ਉਦਣ ਤਾਂ ਸਮਝੋ ਗੁਰਲੀਨ ਨੇ ਹੀ ਖਾਣਾ ਸਾਰਾ ਨਹੀਂ ਜੀ ਪਿਛਲੀ ਵਾਰੀ ਵੀ ਆਪਾਂ ਕਰਾਇਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਤੇ ਮੈਂ ਨਹੀਂ ਖਾਦਾ ਮੈਂ ਤਾਂ ਨਹੀਂ ਖਾ ਹੋਇਆ ਆਹੋ ਦੱਸ ਦੇ ਸਾਰਿਆਂ ਨੂੰ ਘਰੇ ਹੋਣੀ ਗਾ ਡਿਲੀਵਰੀ ਆ ਕਹਿਣਾ ਮੋਟੀ ਕਮਾਈ ਹੋਣ ਲੱਗ ਪਈ YouTube ਤੋਂ ਬਸ ਹੁਣ ਆਪਾਂ ਪਹੁੰਚਣ ਵਾਲੇ ਆ ਜਿੱਥੇ ਆਪਾਂ ਟਿਕਟ ਕਰਵਾਉਣੀ ਆ ਸੋ ਦੇਖਦੇ ਆ ਕਿਹੜੀ ਡੇਟ ਦੀ ਮਿਲਦੀ ਆ ਕਿੱਦਾਂ ਹੁੰਦੀ ਆ ਕਰਾਉਣੀ ਆਪਾਂ ਲੱਗ ਗਏ ਜਿਹਦੀ ਜਾ ਕੇ ਜ਼ਿਆਦਾ ਦਿਨ ਪਹਿਲਾਂ ਜਾ ਕੇ ਵੀ ਆਪਾਂ ਕੀ ਕਰਨਾ ਉੱਥੇ ਇਹ ਤਾਂ ਚਾਹੁੰਦੇ ਮੈਂ ਹੁਣੇ ਚੱਲ ਜਾਵਾਂ ਪਰ ਜਾਂਦੀ ਨਹੀਂ ਨਹੀਂ ਉੱਥੇ ਉਹਨਾਂ ਦਾ ਕੈਨੇਡਾ ਵਾਲਿਆਂ ਦਾ ਰੂਲ ਵੀ ਆ ਵੀ ਬੰਦਾ 21 ਦਿਨ ਪਹਿਲਾਂ ਆ ਸਕਦਾ 21-15 ਦਿਨ ਪਹਿਲਾਂ ਜਿਆਦਾ ਦਿਨ ਪਹਿਲਾਂ ਚਾਹੋ ਤਾਂ ਜਾਂਦੀ ਉਹ ਪੁੱਛ ਕੇ ਜੀ ਕਰਦੇ ਆ ਕਿ ਹੁੰਦਾ ਵਾ ਉਦਾਂ ਤਾਂ ਮੈਂ ਗੁਰਲੀਨ ਪੂਰਾ ਟ੍ਰੇਨ ਕਰਦਾ ਤੁਸੀਂ ਟੈਨਸ਼ਨ ਨਾ ਲਓ ਤੜ ਤੜ ਜਵਾਬ ਦਊ ਸਾਰਾ ਇੰਗਲਿਸ਼
ਜੇ ਅਗਲਾ ਮੂਹਰੇ ਪੰਜਾਬੀ ਬੋਲਣਗੇ ਨਾ ਨਹੀਂ ਆਈ ਐਮ ਇਨ ਕੈਨੇਡਾ ਨਾਉ ਪਲੀਜ਼ ਟਾਕ ਟੂ ਮੀ ਇਨ ਇੰਗਲਿਸ਼ ਮੈਡਮ ਹੁਣੀ ਕਹਿੰਦੇ ਅਸੀਂ ਜਨਮ ਦਿਨ ਮਨਾ ਕੇ ਜਾਣਾ ਆ ਬਾਕੀ ਚਲੋ ਠੀਕ ਆ ਫਿਰ ਮਿਲਦੇ ਆ ਅਗਲੇ ਬਲੌਗ ਦੇ ਵਿਚ ਬਲੌਗ ਬਣਾਉਂਦੇ ਰਹਿਣਗੇ ਠੀਕ ਆ ਤੇ ਓਕੇ ਆ ਬਾਏ ਬਾਏ ਬਹੁਤ ਬਣਾਉਣੇ ਬਹੁਤ ਹੁਣ ਅਸੀਂ ਨਾ ਮਿਸਟਰ ਛੱਡੋ ਹੁਣ ਅਸੀਂ ਕੀ ਕਹਿੰਦੇ ਹੁੰਦੇ ਆ ਆਲੇ ਦੁਆਲੇ ਬਲੌਗਰਾਂ ਨੂੰ ਦੇਖ ਕੇ ਟੋਟੇ ਟੋਟੇ ਬਚਾ ਕੇ ਬਲੌਗ ਬਣਾਵਾਂਗੇ ਹੁਣ ਕੱਲ ਨੂੰ ਮਿਲਦੇ ਆ ਟਿਕਟ ਕਰਾਉਂਦੇ ਸਮੇਂ ਹਾਂਜੀ ਤੇ ਬਾਕੀ ਬਾਏ ਬਾਏ ਕੀਪ ਸਪੋਰਟਿੰਗ ਪੁਰਾਣੇ ਬਲੌਗ ਦੇਖਦੇ ਰਹੋ ਤੇ ਨਵਿਆਂ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੋ ਬਾਏ 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 ਹਾਂਜੀ।